ਸਾਤ ਸੰਗਤ ਸਤਿਗੁਰੂ ਜਿੰਨ ਜਦੋਂ ਉਥੇ ਉਪਦੇਸ਼ ਦਿੱਤਾ ਨਾਮ ਦਾ ਅਨੇਕਾਂ ਰੂਹਾਂ ਜੁੜਦੀਆਂ ਉਹਨਾਂ ਚੋਂ ਨਾ ਇੱਕ ਬਹੁਤ ਗਰੀਬ ਜਿਹਾ ਪਰਿਵਾਰ ਸੀ ਕੀਰਤਪੁਰ ਦੀਆਂ ਪਹਾੜੀਆਂ ਦੇ ਕੋਲ ਉਹ ਰਹਿੰਦਾ ਉਹਨਾਂ ਦਾ ਕੰਮ ਸੀ ਬੱਕਰੀਆਂ ਚਾਰਕੀਆਂ ਕੁਦਰਤੀ ਉਹ ਗਾਇਓ ਐਸੇ ਧੋਪਰਾ ਉਹਨਾਂ ਦੀ ਪਤਨੀ ਬੱਚੀ ਸੀ ਇੱਕ ਜਵਾਨੀ ਵਾਲ ਪੈਰ ਧਰ ਰੇ ਦਰਸ਼ਨ ਕੀਤੇ ਸਤਿਗੁਰੂ ਨੇ ਦ੍ਰਿਸ਼ਟੀ ਪਾਈ ਉਹਨਾਂ ਦੇ ਅੰਦਰ ਪਿਆਰ ਜਾਗਿਆ ਪਿਆਰ ਜਾਗਿਆ ਸਤਿਗੁਰੂ ਜੀ ਨੇ ਨਾਮਦਾਨ ਦਿੱਤਾ ਉਸ ਦਿਨ ਤੋਂ ਬਾਅਦ ਉਹ ਰੰਗੇ ਗਏ ਮੈਂ ਬੇਨਤੀ ਕਰ ਰਿਹਾ ਦੁਨੀਆ ਦਾ ਰਸਤਾ ਕੀੜੀ ਦਾ ਇੱਛੇ ਪੰਛੀ ਦਾ ਸਿੱਧਾ ਕੋਈ ਕਹਾਣੀ ਨਹੀਂ ਕਾਲੀ ਕੁਛ ਨਹੀਂ ਇੱਕਦਮ ਰੰਗ ਕਿੰਨੇ ਕੁ ਉਹਨਾਂ ਦੇ ਅੰਦਰ ਨੂੰ ਲੱਗ ਗਏ ਬੱਚੀ ਨੇ ਬੱਕਰੀਆਂ ਚਾਰਨੀਆਂ ਪਹਾੜੀ ਤੇ ਜਦੋਂ ਬੱਕਰੀਆਂ ਚਾਰਨੀਆਂ ਤੇ ਸਾਰਾ ਦਿਨ ਸਤਿਗੁਰੂ ਜੀ ਦਾ ਕੋਈ ਨਾ ਕੋਈ ਸ਼ਬਦ ਇਨ ਗੰਦੀ ਰਹਿਣਾ ਇੱਕ ਦਿਨ ਗਾਰੇ ਸੀ ਜਿਤ ਦਰ ਵਸੈ ਤਮਨ ਦਰ ਕਈਏ ਦਰਾਂ ਪਿਤਰ ਦਰ ਤਮਨ ਲਖੈ ਜਿਸ ਦਰ ਕਾਰਨ ਫਿਰਾਂ ਉਦਾਸੀ ਸੋਦਰ ਕੋਈ ਆਏ ਕਹੈ ਇਨ ਪਿਆਰਾਂ ਵਿੱਚ ਵੇਗ ਵਿੱਚ ਇਹ ਭਿਜ ਕੇ ਗਾਰੇ ਸੀ ਨਾ ਚਾਰ ਫਿਰ ਵਾਤਾਵਰਨ ਪਵਿੱਤਰ ਪਰ ਇੱਚ ਪਹਾੜੀ ਤੇ ਇੱਕ ਪਕੀਰ ਰੰਗਾ ਸੀ ਜਿਹਦੀ ਬਚਪਨਾ ਤੇ ਜਵਾਨੀ ਤਪ ਕਰਦਿਆਂ ਲੰਘ ਚੁੱਕੇ ਸਨ ਹੁਣ ਸਰੀਰ ਬੁਢਾਪੇ ਵੱਲ ਖੋ ਗਿਆ ਚਿਹਰੇ ਤੇ ਝੋੜੀਆਂ ਪੈਟੀਆਂ ਨੇ ਹੁਣ ਉਹ ਸਰੀਰ ਚ ਬਲ ਨਹੀਂ ਇਹਨੇ ساری ਜ਼ਿੰਦਗੀ ਕੁਝ ਬੱਕਰੀਆਂ ਰੱਖੀਆਂ ਸਨ ਉਹਦਾ ਦੁੱਧ ਪੀਣਾ ਇਹਦੀ ਰੋਟੀ ਸੀ ਤੇ ਇਹਦਾ ਪਾਣੀ ਸੀ ਬਾਕੀ ਅੱਠੇ ਪੈਰ ਇਹ ਤਪ ਕਰ ਆ ਕਰਦਾ ਹਾਂ ਹੁਣ ਜਦੋਂ ਬੁਢੇਪੇ ਵਿੱਚ ਜਾ ਰਹੇ ਇਹਦਾ ਅੰਦਰ ਕਹਿ ਰਿਹਾ ਸਾਰੀ ਜ਼ਿੰਦਗੀ ਜੋ ਮੇਰੇ ਗੁਰੂ ਨੇ ਕਿਹਾ ਉਹ ਮੈਂ ਕੀਤਾ ਏ ਪਰ ਅੰਦਰ ਅਜੇ ਵੀ ਸੋਕ ਤੇ ਸ਼ਾਂਤੀ ਨਹੀਂ ਕਿਨੂੰ ਆਖਾਂ ਜੇ ਪੁੱਛਿਆ ਸੀ ਉਦੋਂ ਆਪਣੇ ਗੁਰਦੇਵ ਨੂੰਨ ਸਰੀਰ ਚ ਨਹੀਂ ਰਹਿ ਉਹ ਕਹਿੰਦੇ ਲੱਗਾ ਰਹੋ ਇੱਕ ਦਿਨ ਜ਼ਰੂਰ ਰੰਗ ਲੱਗੇਗਾ ਹੁਣ ਮਰਨ ਕਿਨਾਰੇ ਆ ਗਿਆ ਹੁਣ ਤੱਕ ਨਹੀਂ ਲੱਗਾ ਤੇ ਕਦੋਂ ਲੱਗੇਗਾ ਇਹ ਆਪਣੇ ਆਪ ਨਾਲ ਗੱਲਾਂ ਕਰਦਾ ਸੀ ਹੈਣ ਉਸੇ ਵਕਤੀ ਰੱਬ ਨੇ ਖੇੜ ਉਰਤਾਏ ਇਹ ਬੱਚੀ ਬੱਕਰੀਆਂ ਚਾਰਤੀ ਹੋਈ ਇਹ ਗੁਰੂ ਦਾ ਸ਼ਬਦ ਪੜੀ ਜਾ ਰਹੀ ਸੀ ਪੜਦੀ ਪੜਦੀ ਨੇ ਕਦੇ ਰੋ ਪੈਣਾ ਤੇ ਕਦੇ ਪੜਦੀ ਪੜਦੀ ਨੇ ਚੁੱਪ ਹੋ ਜਾਣਾ ਚੁੱਪ ਵੀ ਐਕੋ ਜੀ ਸ਼ਾ ਜਾਣੀ ਕਿ ਜਿਹੜੀ ਚੁੱਪ ਵੀ ਦੁਨੀਆ ਨੂੰ ਕੁਝ ਕਹਿੰਦੀ ਏ ਇੱਕ ਹੁੰਦਾ ਬੰਦਾ ਵੈਸੇ ਚੁੱਪ ਕਰਕੇ ਬੈਠੇ ਇੱਕ ਹੁੰਦਾ ਜਦੋਂ ਅੰਦਰੋਂ ਨਾਮ ਨਾਲ ਜੁੜ ਕੇ ਮਨ ਚੁੱਪ ਹੁੰਦਾ ਏ ਨਾ ਉਦੀ ਕਹਾਣੀ ਕੋਈ ਹੋਰ ਵਰਤਦੀ ਏ ਉਹਦੇ ਕੋਲ ਬੈਠਿਆਂ ਆਪਣਾ ਵੀ ਮਨ ਚੁੱਪ ਹੋਏਗਾ ਉਹਦੇ ਕੋਲ ਬੈਠਿਆਂ ਸਾਡੇ ਅੰਦਰ ਨਾਮ ਚੱਲ ਪਏਗਾ ਉਹ ਚੁੱਪ ਕੋਲ ਬੈਠਿਆਂ ਸਤਸੰਗਿਓ ਸਾਡੇ ਅੰਦਰ ਕੋਈ ਚੀਜ਼ ਪ੍ਰਮਾਤਮਾ ਖਿਲਾਏਗਾ ਪਿਆਰਿਓ ਇਹ ਚੀਜ਼ਾਂ ਬੜੀਆਂ ਅਜੀਬ ਤੇ ਪਿਆਰੀਆਂ ਨੇ ਸਤਿਗੁਰੂ ਕਹਿੰਦੇ ਤੁਹਾਡੇ ਲਈ ਬਹੁਤ ਸੌਖਾ ਰਸਤਾ ਬਣਾ ਆਇਆ ਪਿਆਰ ਵਿੱਚ ਭਿੱਜ ਕੇ ਬਸ ਗੁਰਬਾਣੀ ਗਾ ਕਰੋ ਬਾਕੀ ਕੰਮ ਸਾਡਾ ਕਿਵੇਂ ਮਿਲਾਂ ਕਦੋਂ ਮਿਲਾਂ ਆਏ ਬਸ ਪਿਆਰ ਵਿੱਚ ਭਿੱਜੋ ਇਹ ਬੱਚੀ ਇਹਨੇ ਪਿਆਰਾਂ ਵਿੱਚ ਭਿੱਜ ਕੇ ਗਾਰੇ ਸੀ ਨਾ ਜਦੋਂ ਫਕੀਰ ਦਾ ਅੰਦਰ ਖਿੱਚ ਆ ਗਿਆ ਨੇੜੇ ਗਿਆ ਇਹ ਬੱਚੀ ਕਦੇ-ਕਦੇ ਇਸ ਫਕੀਰ ਦੇ ਕੱਪੜੇ ਧੋ ਲਿਓ ਇਸੇ ਕਦੇ ਮੱਛਾ ਟੀਕ ਜਾਣਾ ਹੁਣ ਜਦੋਂ ਸ਼ਬਦ ਸੁਣਿਆ ਤੇ ਕਹਿਣ ਲੱਗਾ ਬੱਚੀਏ ਕਾਇ ਨਾ ਸੋਣਾ ਤੂੰ ਟੱਪਾ ਗਾਰਿਸ਼ ਐ ਪਹਿਲੋਂ ਨਿਗਾਹ ਅਸੀ ਮੇਂ ਭਰੋਸਾ ਕੋਈ ਨਹੀਂ ਜੀਣ ਦਾ ਮਹਾਰਜ ਦਾ ਸ਼ਬਦ ਹੁੰਦਾ ਹੈ ਨਾ ਸਹਿਉ ਕਹਿੰਦੇ ਖੰ ਮ ਆਦਮੀ ਖਾਂ ਇਕਦਾਂ ਮੇ ਮਹਲਤ ਮਹੂਤ ਨਾ ਜਾਣ ਨਾਨਕ ਬਿਨ ਵੈ ਤਿਸੈ ਸਰੇ ਹੋ ਜਾ ਕੇ ਜੀ ਪਰਾਣਾ ਇਨ ਟੁੰਬਿਆ ਮੁੜ ਕੇ ਕਹਿ ਲੱਗਾ ਬੱਚੀਆ ਟੱਪਾ ਕਿਦਾ ਗਾਣ ਈ ਐ ਸਾਈਂ ਜੀ ਟੱਪਾ ਨਹੀਂ ਇਹ ਮੇਰੇ ਗੁਰਾਂ ਦਾ ਸ਼ਬਦ ਏ ਤੇਰੇ ਗੁਰਾਂ ਦਾ ਸ਼ਬਦ ਏ ਤੇਰਾ ਗੁਰੂ ਕੌਣ ਏ ਤੂੰ ਨਹੀਂ ਜਾਣਦਾ ਫਕੀਰ ਸਾਈਂ ਨਹੀਂ ਦੱਸ ਕਾ ਤੇਰੇ ਗੁਰੂ ਤਾਂ ਨਾਮ ਕੀ ਏ ਮੇਰੇ ਗੁਰੂ ਦਾ ਨਾਮ ਏ ਧੰਨ ਗੁਰੂ ਨਾਨਕ ਸਾਹਿਬ ਜਦੋਂ ਨਾਂ ਲਿਆ ਗੁਰੂ ਨਾਨਕ ਸਾਹਿਬ ਜੀ ਦਾ ਫਕੀਰ ਦਾ ਇੱਕ ਇੱਕ ਰੋਮ ਦੇ ਅੰਦਰ ਚਰਨਾਟ ਛਿੜਦੇ ਇਹ ਪਿਆਰਿਓ ਸਾਡੇ ਤੇ ਕਲਾ ਕਿਉਂ ਵਰਤਦੀ ਵਰਤਦੀ ਹੈ ਜਦੋਂ ਪਿਆਰ ਜਾ ਕੇ ਉਹ ਸਤਿਗੁਰੂ ਦਾ ਨਾਮ ਲੈਣ ਵਾਲੀ ਸਭ ਕੁਝ ਹੋ ਜਾਂਦਾ ਹੈ ਸੇਵਾ ਪੰਥੀ ਸੰਨ ਜਿਹੜੇ ਇਹ ਹੋਰ ਨਹੀਂ ਸੰਭੋਤਾ ਜਪਦੇ ਇਹ ਕੋਈ ਗੱਲ ਕਹੀ ਜਾਂਦੇ ਸਨ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਉਹ ਕਲਾ ਵਰਤ ਦੀ ਪੁੱਛੋ ਕੁਛ ਨਾ ਸਾਧ ਸੰਗਤ ਸੁਭਾਵਕ ਕਿਨ ਦਿਨਾਂ ਚ ਮਹਾਰਾਜ ਦੀ ਮੌਜ ਹੋਏਗੇ ਸੰਤ ਪਾਪਾ ਗੁਰਬਚਨ ਸਿੰਘ ਖਾਲਸਾ ਜਦੋਂ ਚੌਰ ਸਾਹਿਬ ਕਰਦੇ ਨਾ ਦੀਵਾਨ ਤੋਂ ਬਾਅਦ ਜਾਂ ਦੀਵਾਨ ਤੋਂ ਪਹਿਲਾਂ ਕੰਟਾ ਕੰਟਾ ਉਹ ਬਾਕੀ ਨਹੀਂ ਸੀ ਨਾਮ ਜਪਦੇ ਨਾਲੇ ਚੌਰ ਸਾਹਿਬ ਕਰਣਾ ਤੇ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਖਾਜਰ ਨਾਜਰ ਸਮਝ ਕੇ ਇੱਕ ਵਾਰ ਚੌਰ ਉਪਰੋ ਕਰਣਾ ਫਿਰ ਧੰਨ ਗੁਰੂ ਅੰਗਦ ਸਾਹਿਬ ਧੰਨ ਗੁਰੂ ਅਮਰਦਾਸ ਪਿਤਾ ਜੀ 10 ਗੁਰੂ ਸਹਿਬਾਨ ਅੰਦੇ ਨਾਮ ਲੈਣੇ ਫਿਰ ਸ਼ੁਰੂ ਕਰ ਦੇਣਾ ਕੰਟਾ ਕਣੇ ਨੂੰ ਲੱਗਣਾ ਤੇ ਚਿਹਰੇ ਤੇ ਨਾ ਜਲਾਲ ਆ ਜਾਣਾ ਇਨ ਰੰਗ ਚੜ ਜਾਂਦੇ ਸੀ ਉਹਨਾਂ ਦਾ ਨਾਮ ਵਿੱਚ ਹੀ तमाम ਬਰਕਤਾਂ ਨੇ ਫਕੀਰ ਨੂੰ ਚਰਨਾਟ ਛੜੇ ਤੇ ਕਹਿਣ ਲੱਗਾ ਧੰਨ ਗੁਰੂ ਨਾਨਕ ਸਾਹਿਬ ਉਹਦਾ ਨਾਂ ਹੈ ਤੁਹਾਨੂੰ ਉਹਨਾਂ ਨੇ ਕੀ ਦਿੱਤਾ ਸੀ ਕਹਿੰਦੇ ਉਹਨਾਂ ਨੇ ਇੱਕ ਸ਼ਬਦ ਦਿੱਤਾ ਸੀ ਉਹਨਾਂ ਨੇ ਆਖਿਆ ਇਹਨੂੰ ਉੱਠਦੇ ਬੈਠਦੇ ਗਾਉਂਦੇ ਰਿਆ ਕਰੋ ਸਾਧਨਾ ਕੀ ਕਰਦੇ ਹੋ ਫਕੀਰ ਸਾਧਨਾ ਕੀ ਹੁੰਦੀ ਏ ਉਹਦਾ ਮਤਲਬ ਏ ਵੀ ਜਦ ਤੱਕ ਕਿਹੜਾ ਕਰਦੇ ਹੋ ਸਾਧਨਾ ਕੀ ਹੁੰਦੀ ਤੈਨੂੰ ਸਾਧਨਾ ਦਾ ਨਹੀਂ ਪਤਾ ਨਾ ਫਕੀਰ ਜੀ ਮੈਨੂੰ ਨਹੀਂ ਪਤਾ ਕੀ ਕਰਤੀ ਏ ਕਹਿੰਦੀ ਮੇਰੇ ਕੋਲ ਮਹਾਰਾਜ ਦੇ ਕੋਈ ਸ਼ਬਦ ਨਹੀਂ ਬਸ ਉਹ ਹੀ ਗਾਂਦੀ ਰਹਿੰਦੀ ਆਂ ਆਖੇ ਤੈਨੂੰ ਮੌਤ ਤੋਂ ਡਰ ਨਹੀਂ ਆਉਂਦਾ ਹਾਂ ਆਉਂਦਾ ਸੀ ਜਦੋਂ ਤੱਕ ਇਹ ਸ਼ਬਦ ਨਹੀਂ ਸਿੱਖੋੜ ਹੁਣ ਮੈਨੂੰ ਕੁਝ ਡਰ ਨਹੀਂ ਲੱਗਦਾ ਤੈਨੂੰ ਪਤਾ ਹੈ ਮਰਨ ਤੋਂ ਬਾਅਦ ਕੀ ਖੋਣਾ ਹੈ ਕਹਿ ਲੱਗੇ ਮੈਨੂੰ ਕਾਦਾ ਫਿਕਰ ਮੇਰੇ ਸਤਿਗੁਰੂ ਨੂੰ ਫਿਕਰ ਹੋਵੇ ਮੈਨੂੰ ਕੁਝ ਨਹੀਂ ਪਤਾ ਨਾ ਸਮਾਦੀ ਦਾ ਨਾ ਮਰਨ ਤੋਂ ਪਿੱਛੇ ਕੀ ਇਹਨਾਂ ਗੱਲਾਂ ਵਿੱਚ ਨਹੀਂ ਮੇਰਾ ਸਤਿਗੁਰੂ ਪਾਉਂਦਾ ਮੈਨੋ ਕਹਿਣ ਲੱਗੇ ਅੱਛਾ ਤੇਰਾ ਗੁਰੂ ਇਸ ਤਰ੍ਹਾਂ ਦਾ ਹੈ ਉਹ ਗੁਰੂ ਜਦੋਂ ਸ਼ਬਦ ਗਾਉਂਦੀ ਏ ਤੇ ਤੈਨੂੰ ਕੀ ਮਿਲਦਾ ਏ ਕਹਿਣ ਲੱਗੇ ਸਾਈਂ ਜੀ ਮਿਲਦਾ ਕੀ ਏ ਇੰਨਾ ਅੰਦਰ ਸਵਾਦ ਤੇ ਸੁੱਖ ਨਾਲ ਭਰ ਆ ਰਹਿਂਦਾ ਏ ਕਈ ਵਾਰਾਂ ਜ਼ੁਬਾਨ ਇਨੀ ਬੋਲਦੀ ਕਈ ਵਾਰ ਲੱਗਦਾ ਜ਼ੁਬਾਨ ਤੇ ਅਮਰਤ ਦੇ ਝਰਨੇ ਛੁੱਟ ਪਏ ਨੇ ਕਦੇ ਸੀਸ ਵਿੱਚ ਆਉਂਦਾ ਏ ਕਦੇ ਮੇਰਾ ਸਤਿਗੁਰੂ ਮੈਨੂੰ ਲੱਗਦਾ ਸੱਜਿਓਂ ਤੁਰਿਆ ਆਉਂਦਾ ਕਦੇ ਲੱਗਦਾ ਮੇਰੇ ਖੱਬਿਓਂ ਤੁਰਿਆ ਆਉਂਦਾ ਕਦੇ ਲੱਗਦਾ ਏ ਉਹ ਮੇਰੇ ਅੱਗੇ ਕਿ ਤੁਰ ਆ ਜਾਂਦਾ ਏ ਕਦੇ ਮੈਨੂੰ ਲੱਗਦਾ ਮੇਰੇ ਪਿੱਛੇ ਤੁਰਿਆ ਆਉਂਦਾ ਹੈ ਕਦੇ ਬਦਲਾਂ ਵਿੱਚੋਂ ਦੀ ਖੋਕ ਕੇ ਜਾਪਦਾ ਬਦਲਾਂ ਦੇ ਉੱਪਰ ਬੈਠ ਕੇ ਤੁਰਿਆ ਆ ਰਿਹਾ ਹੈ ਕਦੇ ਖਵਾ ਵਿੱਚ ਆਪਣੇ ਆਪ ਨੂੰ ਘੋਲ ਦਿੰਦਾ ਏ ਖਵਾ ਜਦੋਂ ਘੋਲਦਾ ਏ ਤੇ ਮੇਰੇ ਸਮਾਧੀ ਲੱਗ ਜਾਂਦੀ ਏ ਲੋਕਾਂ ਲੋਕ ਸਵਾਸ ਲੈਂਦੇ ਖਵਾਰ ਆਂ ਮੇਰੇ ਅੰਦਰ ਖੁਦ ਮੇਰਾ ਗੁਰੂ ਮੇਰੇ ਕਲੇ ਕਲੇ ਕੰਨ ਵਿੱਚ ਜਾ ਵੜਦਾ ਹੈ ਇਕ ਬੇਨਤੀ ਕਰਾਂ ਤੁਸੀਂ ਜਪਣ ਵਾਲੇ ਵੀਰ ਪੈਣ ਬੈਠੇ ਹੋ ਮਹਾਰਾਜ ਜੀ ਦਾ ਸ਼ਬਦ ਹੈ ਸਭ ਕਹਿੰਦੇ ਭਾਰ 18 ਮਾਲਣ ਤੇਰੀ ਚਵਰ ਟੁਲੈ ਕਹਿੰਦੇ ਇਹ ਸਾਦ ਸੰਗਤ ਪਵਨ ਕਰ ਫੇਰ ਇਹ ਉਹਦਾ ਅਰਥ ਏ ਜਦੋਂ ਕੋ ਨਾਮ ਜਪਣ ਵਾਲਾ ਪਿਆਰ ਵਿੱਚ ਹੁੰਦਾ ਹੈ ਕਈ ਵਾਰ ਨਾ ਉਹਨੂੰ ਖਵਾ ਚੋ ਸੁਗੰਧੀ ਆਉਂਦੀ ਖਵਾ ਚੋ ਸੁਗੰਧੀ ਬਹੁਤ ਪਿਆਰੀ ਮਹਾਰਾਜ ਕਹਿੰਦੇ ਆ ਜਿੰਨੀ ਖਵਾ ਬਨਾਸਪਤੀ ਨੂੰ ਸ਼ੋਕ ਕੇ ਆਉਂਦੇ ਜਦੋਂ ਜੱਪਣ ਵਾਲਾ ਪਿਆਰ ਵਿੱਚ ਹੁੰਦਾ ਨੇ ਉਹਦੀ ਸੁਰਤੀ ਬਦਲਦੇ ਸਵਾਸਤਿਆ ਸਾਰੇ ਨੇ ਲੈਣ ਇਹ ਹੁੰਦੇ ਉਹ ਜਦੋਂ ਖਵਾ ਅੰਦਰ ਜਾਂਦੀ ਏ ਫਿਰ ਅੰਦਰ ਜਾ ਕੇ ਸਾਰੇ ਸਿਸਟਮ ਨੂੰ ਸਾਫ ਕਰਦੀ ਤੇ ਡਾਕਟਰੀ ਤਰੀਕਾ ਹੈ ਨਾ ਪਰ ਜਦੋਂ ਕਿਸੇ ਦੀ ਬੰਦਗੀ ਵਾਲੀ ਰੂਹ ਨੂੰ ਉੱਬਰ ਖਵਾ ਆਉਂਦੀ ਏ ਨਾ ਉਹ ਕੱਲੀ ਖਵਾ ਨਹੀਂ ਉਹ ਸੱਚਮੁੱਚ ਅੰਦਰ ਨੂੰ ਮਸਤੀ ਚੜਾਉਂਦੀ ਏ ਉੱਥੇ ਵਾਗਗੁਰੂ ਸ਼ਬਦ ਨਹੀਂ ਹੁੰਦਾ ਕਦੇ ਮਹਾਰਾਜ ਨੇ ਤੁਹਾਡਾ ਤਜਰਬਾ ਕਰਾ ਉਹ ਤੁਹਾਨੂੰ ਪਤਾ ਹੋਏਗਾ ਉਹ ਖਵਾ ਨੂੰ ਪੀਣ ਨੂੰ ਜੀ ਚਾਉਂਦਾ ਵੀ ਪੀ ਵੀ ਜਾਏ ਅੰਦਰ ਆਉਂਦੀ ਉਹ ਖਵਾ ਤੇ ਰੰਗ ਲਾਈ ਜਾਂਦੇ ਹਵਾ ਵਿੱਚ ਉਹ ਆਪ ਬੈਠਾ ਹੁੰਦਾ ਇਹ ਬਚਨ ਸਾਰੇ ਸਤਿਗੁਰਾਂ ਨੇ ਗੁਰਬਾਣੀ ਚ ਗਹਿਰੇ ਤੋਂ ਗਹਿਰੇ ਕਹਿ ਖੋਏ ਨੇ ਬੱਚੀ ਕਹਿਣ ਲੱਗੀ ਕਦੇ ਹਵਾ ਰਹੀ ਆਉਂਦਾ ਹੈ ਕਦੇ ਬਦਲਾ ਰਹੀ ਫਕੀਰ ਆ ਵੇਖੇ ਉਹ ਜ਼ਿੰਦਗੀ ਲੰਘੀ ਮੈਨੂੰ ਜਪ ਤਪ ਕਰਦਿਆਂ ਮੈਂ ਉਸ ਉਸ ਸਵਾਦ ਨੂੰ ਤਰਸ ਗਿਆ ਨਾ ਆਇਆ ਮੇਰਾ ਪਰਮਾਤਮਾ ਮੈਨੂੰ ਨੇੜੇ ਨੰ ਦਿੱਸਿਆ ਇਹ ਭੋਲੀ ਪਾਲੀ ਕੁੜੀ ਬੱਕਰੀਆਂ ਚਾਰਦੀ ਕਿਵੇਂ ਮਾਨ ਨਾਲ ਕਹਿ ਰਹੀਏ ਕਦੇ ਉਹ ਸਬਜ਼ ਮੇਰੇ ਸੱਜੇ ਵੇ ਕਦੇ ਖੱਬੇ ਵੇ ਕਦੇ ਬਦਲਾ ਰਹੀ ਆਉਂਦਾ ਏ ਲਾਣਤਾ ਪਾਵੇ ਆਪਣੇ ਆਪ ਨੂੰ ਜੀ ਕਰਸੂਏ ਦੇ ਪੈਰਾਂ ਤੇ ਝੁੱਕ ਕੇ ਮੱਥਾ ਟੇਕਾਂ ਪਰ ਆਖ ਕੀ ਕਰਾਂ ਜੇ ਟਿਕਿਆਂ ਨੇ ਟਿਕਨ ਨਹੀਂ ਦੇਣਾ ਹੈਰਾਨ ਕੋਈ ਜਾ ਰਹੇ ਕਹਿਣ ਲੱਗੇ ਬੱਚੀਏ ਮੈਨੂੰ ਕੋਈ ਸੁਣਾ ਕਾ ਆਪਣੇ ਗੁਰੂ ਕਾ ਸ਼ਬਦ ਫੇਰ ਕਹਿਣ ਲੱਗੇ ਫਕੀਰਾ ਜੀ ਰੂਲ ਸੁਣਾ ਆਂਗੀ ਅਜ ਉੱਚੇ ਜੇਤਾ ਇੱਕ ਥੜੇ ਜੈ ਤੇ ਪੱਥਰ 'ਚ ਉਹਦੇ ਤੇ ਬਹਿ ਗਏ ਤੇ ਬਹਿ ਕੇ ਨਾ ਸ਼ਬਦ ਗਾਉਣ ਲੱਗ ਪਈ ਅਜ ਗੌਂਦੀ ਸੀ 5-10 ਮਿੰਟ ਹੋਏ ਗੁਰੂ ਨਾਨਕ ਸਾਹਿਬ ਦੇ ਘਰ ਦੀ ਖੇਡ ਮੈਂ ਦੱਸ ਰਿਹਾ ਕਿਹੜੀ ਛੇਤੀ ਖੁੰਦੀ ਇੱਕ ਵਾਰੀ ਦਰਸ਼ਨ ਕੀਤੇ ਤੇ ਬਸ ਲੋਟ-ਪੋਟ ਹੋ ਗਈ ਅਸੀਂ ਨਾ ਪ੍ਰਮਾਤਮਾ ਦੇ ਅਰਥ ਆਪਣੇ ਬਣਾਇਓ ਇਹਨੇ ਕਿ ਜਦੋਂ ਮਿਲੇਗਾ ਤੇ ਕੋਈ ਆ ਕੇ ਖੋਲੋਜੇਗਾ ਮੈਂ ਕੱਲ ਵੀ ਬੇਨਤੀ ਕੀਤੇ ਆਉਂਦਾ ਏ ਪ੍ਰਮਾਤਮਾ ਉਹਦੇ ਆਉਣ ਦੇ ਅੰਦਰੋਂ ਰੂਪ ਤੇ ਨਿਸ਼ਾਨੀਆਂ ਖੋਰ ਖੁੰਦੀਆਂ ਨੇ ਉਹਨਾਂ ਨੂੰ ਸੀ ਐਵੇਂ ਹੀ ਸਮਝ ਕੇ ਛੱਡੀ ਜਾਂਦੇ ਆ ਨਹੀਂ ਜਦੋਂ ਬੱਚੀ ਕੁਝ ਸਮਝ ਗਾਰੀ ਸੀ ਨਾ ਅਦੇ ਕੁਝ 5-7 ਮਿੰਟ ਗਾਇਆ ਤੇ ਕਹਿਣ ਲੱਗੇ ਬੁੱਢਣ ਸਾਫ ਕੇ ਸਾਈਆਂ ਰੁਕ ਜਾਈਂ ਉਹ ਦੇਖ ਮੇਰੇ ਸਤਿਗੁਰੂ ਜੀ ਆ ਰਹੇ ਨੇ ਤੇ ਭਾਈ ਮਰਦਾਨਾ ਜੀ ਸ਼ਬਦ ਗਾ ਰਹੇ ਨੇ ਮੈਨੂੰ ਸੁਣ ਲੈਣ ਦੇਣ ਬੋਲੀ ਨਾ ਪੁੱਛੀ ਕੁਝ ਨਾ ਜੁੜ ਕੇ ਬਹਿ ਗਏ ਤੇ ਫਕੀਰ ਜੀ ਨੇਤਰ ਬੰਦ ਕਰ ਲੈ ਕਹਿਣ ਲੱਗਾ ਮੈਨੂੰ ਕਿਉਂ ਨਹੀਂ ਸੁਣਦਾ ਬੱਚੀ ਨੂੰ ਕਿਉਂ ਸੁਣ ਰਿਹਾ ਮੈਨੂੰ ਕਿਉਂ ਨਹੀਂ ਦਿਸਦਾ ਇਹਨੂੰ ਦਿਸ ਰਿਹਾ ਏ ਅੰdre ਅੰdre ਤਾਹਾਂ ਨਿਕਲ ਗੀਆਂ ਇਸ ਫਕੀਰ ਤੀਆਂ ਬੁੱਢਣ ਸਾਧੀਆਂ ਏ ਨਿਰੰਕਾਰ ਜਿਹੜੀ ਅੱਖ ਇਸ ਬੱਚੀ ਕੋਲ ਮੈਨੂੰ ਵੀ ਦੇ ਜਿਹੜੇ ਤਨ ਇਹਨੂੰ ਦਿੱਤੇ ਨਹੀਂ ਮੈਨੂੰ ਵੀ ਦੇ ਜਿਹੜੀ ਭਾਵਨਾ ਤੇ ਪਿਆਰ ਦੀ ਜ਼ਿੰਦਗੀ ਇਹਨੂੰ ਦਿੱਤੇ ਮੇਰੇ ਕੋਲ ਕੋਈ ਨਹੀਂ ਕਿਰਪਾ ਕਰ ਇਸ ਬੈਰਾਗ ਵਿੱਚ ਨਾ ਰੋਈ ਜਾਵੇ ਇਹਦੀ ਅੱਖ ਨਾ ਖੁੱਲੇ ਪਤਾ ਨਹੀਂ ਕਦੋਂ ਇਹ ਅੱਖ ਇਹਦੀ ਲੱਗ ਗਈ ਜਿਵੇਂ ਨੀਂਦ ਜੀ ਆਗੇ ਇਹਨੂੰ ਜਦੋਂ ਅੱਖ ਖੁੱਲੀ ਤੇ ਬੱਚੀ ਉਸ ਛੜੇ ਤੇ ਨਹੀਂ ਉਥੇ ਖੁਦ ਧੰਨ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਆ ਕੇ ਬੈਠੇ ਨੇ ਜਦੋਂ ਹੀ ਇਹਦੀ ਅੱਖ ਖੁੱਲੀ ਤੇ ਹੈ ਵੇਖ ਕੇ ਹੈਰਾਨ ਦੇਖਦਿਆਂ ਸਾਰ ਸਨਾਟਾ ਤੇ ਅੱਗੇ ਛਾ ਆਸੇ ਹੁਣ ਇਹਦੀ ਪੁਲਕਾਵਲੀ ਇੱਕ ਇੱਕ ਜਿਹੜਾ ਸੀ ਅੰਦਰ ਦਾ ਰੋਂ ਖਿੜ ਗਿਆ ਫੇਰ ਮੈਂ ਰਾਗ ਵਿੱਚ ਚਲਾ ਗਿਆ ਕਿੰਨਾ ਸਮਾਂ ਇਹ ਮਸਤੀ ਵਿੱਚ ਰਿਹਾ ਏ ਅੱਖ ਖੁੱਲੀ ਤੇ ਭਾਈ ਮਰਦਾਨਾ ਜੀ ਦੀ ਅੱਖ ਇਧਰ ਵੇਖਣ ਨੂੰ ਸੀ ਬੋਲ ਤੇ ਸਕਿਆ ਨਹੀਂ ਸੈਨਤ ਨਾਲ ਹੀ ਪੁੱਛਿਆ ਕੌਣ ਨੇ ਉਹਨਾਂ ਨੇ ਪਿਆਰ ਨਾਲ ਕਿਹਾ ਜੀ ਇਹ ਹੀ ਨੇ ਤੁਨ ਗੁਰੂ ਨਾਨਕ ਸਾਹਿਬ ਇਹਨਾਂ ਦੇਖੀ ਪਿਆਰ ਵਿੱਚ ਉਹ ਬੱਚੀ ਗਾਰੇ ਸੀ ਉਦੇ ਪੈਰਾਂ ਪਿੱਛੇ ਆਈ ਫਕੀਰਾ ਤੈਨੂੰ ਅੱਜ ਦਰਸ਼ਨ ਖੋਰ ਐਨੇ ਧਾ ਚਰਨਾ ਤੇ ਡਿੱਗਾ ਸਤਿਗੁਰੂ ਜੀ ਨੇ ਸਿਰ ਤੇ ਖਾਥ ਰੱਖਿਆ ਬਸ ਫਿਰ ਕੀ ਸੀ ਫਿਰ ਤਾਂ ਫਕੀਰ ਅੱਜ ਪਹਿਲੀ ਵਾਰ ਇਹਨੂੰ ਸਵਾਦ ਨੂੰ ਮਾਣਿਆ ਜਿਹਨੂੰ ਮਹਾਰਾਜ ਕਹਿੰਦੇ ਨੇ ਨਾ ਆਖਾਂ ਜੀਵਾ ਜਉਂਦੇ ਹੋ ਜਾਈਦਾ ਇਹਨਾਂ ਗੱਲਾਂ ਦੇ ਅਰਥ ਪਿਆਰਿਓ ਜਦੋਂ ਕਲਾ ਵਰਤੇ ਉਦੋਂ ਹੀ ਪਤਾ ਲੱਗਦੇ ਨੇ ਕਿ ਜਉਣ ਦੇ ਕੀ ਅਰਥ ਨੇ ਮਹਾਰਾਜ ਆਪਾਂ ਦੀ ਜ਼ਿੰਦਗੀ ਹੁਣ ਤੇ ਹੀ ਸਮਝਾਂਗੇ ਨਾ ਸਵਾਸ ਚੱਲ ਦੇ ਕੌਣ ਸਤਿਗੁਰੂ ਕਹਿੰਦੇ ਕੋਈ ਜ਼ਿੰਦਗੀ ਨਹੀਂ ਜ਼ਿੰਦਗੀ ਓਏ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਉਹ ਜੀਵਨ ਜਦੋਂ ਮਿਲਿਆ ਤੇ ਕਈ ਘੜੀਆਂ ਉਸ ਹਾਲਾਤ ਵਿੱਚ ਇਹਦਾ ਸਿਰ ਝੁਕਿਆ ਰਿਆ ਸਤਿਗੁਰੂ ਜੀ ਨੇ ਮਿਹਰ ਕੀਤੀ ਸੀ ਫਿਰ ਅੰਦਰੋਂ ਹੀ ਖਿਲਾਇਆ ਸਤਪੁਰਾਂ ਨੇ ਨਾਮ ਦਾਣ ਦਿੱਤਾ ਤੇ ਕਹਿਣ ਲੱਗੇ ਫਕੀਰ ਸਾਈਆਂ ਹੁਣ ਤੋਂ ਜਿਉਂ ਪਿਆਏ ਹੁਣ ਤੋਂ ਸੁਖ ਮਾਣ ਅਨੰਦ ਮਾਣ ਹੁਣ ਤੇਰੀ ਪਹਿਲੀ ਜ਼ਿੰਦਗੀ ਕੱਟੀ ਗਈ ਨਵੀਂ ਜ਼ਿੰਦਗੀ ਮਿਲੀ ਏ ਹੁਣ ਅਸਾਂ ਜਾਣਾ ਏ ਇਹ ਸੁਣ ਕੇ ਤਾਨੂੰ ਇੰਜ ਲੱਗਾ ਮੇਰੇ ਮੇਦੇ ਨਾਲ ਚੰਗਾ ਮੌਤ ਖੋ ਜਾਂਦੀ ਇਹ ਸ਼ਬਦ ਨਾ ਸੁਣਤਾ ਮੈਂ ਗੁਰੂ ਨਾਨਕ ਸਾਹਿਬ ਚਲੇ ਜਾਣਗੇ ਰੋਈ ਜਾਵੇ ਬੋਲ ਕੇ ਨਹੀਂ ਕੁਝ ਕਹਿ ਸਕਿਆ ਅੰਦਰ ਕਵੇ ਸਤਿਗੁਰੂ ਖੁਰ ਕਿੰਨਾ ਕੁ ਜੁਕਾਂ ਬਾਦ ਤੂੰ ਮਿਲਿਆ ਹੁਣ ਛੱਡ ਕੇ ਦੁਰ ਜਾਏਗਾ ਨਾ ਜਾ ਕਦੇ ਸੈਦੇ ਨੇ ਕਿਹਾ ਸੀ ਨਾ ਕਲਗੀਆਂ ਵਾਲੇ ਪਿਤਾ ਨੂੰ ਬੇੜੇ 'ਚ ਬਿਠਾ ਕੇ ਬੇੜੇ 'ਚ ਪਹਿਲਾ ਉਡੀਕਦਾ ਸੀ ਕਲਗੀਆਂ ਵਾਲਿਆ ਤੇਰੀਆਂ ਸੰਗਤਾਂ ਆਉਂਦੀਆਂ ਕਦੇ ਤੂੰ ਵੀ ਗਰੀਬ ਤੇ ਬੇੜੇ ਵਿੱਚ ਆ ਕੇ ਬਹਿ ਤੇ ਸਤਿਗੁਰ ਜੀ ਆ ਗਏ ਤੇ ਪਾਰ ਨਾ ਲਾਵੇ ਚੱਪੂ ਮਾਰ ਕੇ ਕਦੇ ਇਧਰ ਤੇ ਕਦੇ ਉਧਰ ਲਈ ਜਾਵੇ ਸਤਿਗੁਰੂ ਕਹਿੰਦੇ ਸਹਦਿਆ ਸਾਨੂੰ ਪਾਰ ਲੈ ਚੱਲ ਮਿਰ ਕਲਗੀਆਂ ਵਾਲਿਆ ਤੇਰਾ ਕਿਹੜਾ ਪਾਰ ਤੇ ਉਰਾਰ ਏ ਇਤੇ ਸਾਡੇ ਜਿਆਂ ਲਈ ਉਰਾਰ ਤੇ ਪਾਰ ਖੁੰਦੇ ਨੇ ਜੁਗਾਂ ਬਾਦ ਵਾਰੀ ਆਈ ਦੋ ਘੜੀਆਂ ਕੋਲ ਬੈ ਤੈਣ ਦੇ ਬੇੜੀ ਬਣੇ ਲੱਗਦੀ ਤੂੰ ਉੱਤਰ ਜਾਏਂਗਾ ਸਹਬਾ ਮੇ ਬੇੜੀ ਮੈਂ ਕਿਨੇ ਬਣੇ ਲਾੜੇ ਤੇਰੇ ਕੋਲ ਬੈਠ ਕੇ ਮੇਰੇ ਬੇੜੇ ਬੰਨੇ ਲੱਗਨੇ ਨੇ ਅੱਜ ਇਸੇ ਪਿਆਰ ਵਿੱਚ ਸੀ ਉਹ ਫਕੀਰ ਸਤ ਸੰਗਿਓ ਕਿੱਥੇ ਉਸ ਬੱਚੀ ਦੀ ਬਦੌਲਤ ਰੰਗ ਲੱਗੇ ਸਤਿਗੁਰੂ ਜੀ ਨੇ ਕਿਆ ਸੀ ਬੁੱਢਣ ਸ਼ਾ ਤੂੰ ਹੁਣ ਬੈਠ ਹੁਣ ਅੰਦਰੋਂ ਤੈਨੂੰ ਸਦਾ ਕੀ ਉਹ ਉਹਦੀ ਹਾਜ਼ਰੀ ਖਜੂਰ ਇਨਸੀਬ ਹੋਏ ਕੀ ਅਸੀਂ ਥੱਲੇ ਜਾਣਾ ਏ ਇੱਕ ਪਰਿਵਾਰ ਕੋਲ ਦੁੱਧ ਛਕਣਾ ਏ ਤੇਰੇ ਕੋਲ ਛਕਾਂਗੇ ਛੇਵੇਂ ਜਾਮੇ ਵਿੱਚ ਆ ਕੇ ਤੂੰ ਫਿਕਰ ਨਹੀਂ ਕਰਨਾ ਤੇਰੀ ਉਮਰ ਆਸੀ ਲੰਬੇ ਕੀਤੀ ਏ ਉਹਨੂੰ ਤਾਰ ਕੇ ਸਤਿਗੁਰੂ ਉਸ ਬੱਚੀ ਦੇ ਘਰ ਗਏ ਸਨ ਜਾ ਕੇ ਉਹਦੇ ਕਰੋ ਪ੍ਰਸ਼ਾਦ ਛਕਿਆ ਦੁੱਧ ਛਕਿਆ ਤੇ ਉਹਨਾਂ ਨੂੰ ਕਹਿ ਕੇ ਗਏ ਸੀ ਬੁੱਢਣ ਸ਼ਾਹ ਉਰੰਗ ਲੱਤੇ ਨੇ ਤੁਹਾਡੀ ਅਜੇ ਸੰਗਤ ਦੀ ਉਹਨੂੰ ਲੋੜ ਏ ਉਹਨੂੰ ਮਿਲਿਆ ਜੇ ਤੇ ਅਜੇ ਉਹ ਨਵਾਂ ਨਵਾਂ ਸਰਾਹ ਤੇ ਤੁਰਿਆ ਸਿੱਖੀ ਦੇ ਰਾਹ ਦਾ ਤੁਹਾਡੇ ਕੋਲ ਨੂੰ ਪਤਾ ਲੱਗੇਗਾ ਕਮਾਲ ਦੀ ਗੱਲ ਸਤਸੰਗਿਓ ਉਹਨੇ ਜਬ ਤੱਕ ਕੀਤੇ ਨੇ ਪਰਵਾਰ ਬੱਕਰੀਆਂ ਚਾਰ ਕੇ ਗੁਜ਼ਾਰਾ ਕਰਦਾ ਇੱਕ ਵਾਰੀ ਦਰਸ਼ਨ ਕੀਤੇ ਨੇ ਪਰ ਦਰਸ਼ਨ ਕਰਕੇ ਸ਼ਬਦ ਕਮਾਇਆ ਸਤਿਗੁਰੂ ਜੀ ਕਹਿਣ ਲੱਗੇ ਤੁਹਾਡੀ ਸੰਗਤ ਮਿਲੇਗੀ ਤੇ ਉਹ ਤੋੜ ਪਹੁੰਚੇਗਾ ਜੇ ਨਾ ਮਿਲੀ ਤੇ ਕਿਸੇ ਵਕਤ ਵੀ ਢੋਲ ਸਕਦਾ ਜੋ ਕੁਝ ਅ ਸਾਡੀ ਝੋਲੀ ਪਾਇਨ ਮਹਾਰਾਜ ਕਹਿੰਦੇ ਉਠਦੇ ਬੈਹਿੰਦੇ ਸ਼ਬਦ ਗਾਈ ਜਾਇਆ ਕਰੋ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਇਹ ਚੀਜ਼ਾਂ ਰੱਬ ਦੀ ਦਰਗਾਹ ਵਿੱਚ ਛੇਤੀ ਲੈ ਕੇ ਜਾਂਦੀਆਂ ਨੇ ਉੱਥੇ ਉਹ ਲੋਕ ਨਹੀਂ ਪਹੁੰਚਦੇ ਜਿੱਥੇ ਸਤਗੁਰ ਸਾਨੂੰ ਪਹੁੰਚਾ ਦਿੰਦੇ ਨੇ ਪਿਆਰਿਓ ਛੇਵੇਂ ਪਾਤਸ਼ਾਹ ਜੀ ਤੱਕ ਬੁੱਢਣ ਸਾਹਿਬ ਫਿਰ ਉਹ ਸੁੱਖ ਨੂੰ ਮਾਨਤਾ ਰਿਹਾ ਸੀ ਭਾਈ ਮਰਦਾਨੇ ਨੇ ਇੱਕ ਗੱਲ ਪੁੱਛ ਲਈ ਸੀ ਉਦੋਂ ਹੀ ਕਹਿਣ ਲੱਗੇ ਦਾਤਾ ਜਦੋਂ ਉਦੋਂ ਆਵੋਗੇ ਤੁਹਾਡੇ ਸਰੂਪ ਖੋਰ ਖੋਣਗੇ ਬੁੱਢਣ ਸਾਹਿ ਕਿਵੇਂ ਪਛਾਣੇਗਾ ਸਹਿਬ ਕਹਿਣ ਲੱਗੇ ਪਹਿਲਾਂ ਸਾਡਾ ਪੁੱਤਰ ਆਏਗਾ ਉਹ ਨਗਰ ਵਸਾਏਗਾ ਇਹਨੂੰ ਦੱਸ ਪਾਏਗੀ ਬਾਅਦ ਵਿੱਚ ਅਸੀਂ ਆਵਾਂਗੇ ਕਹਿਣ ਲੱਗੇ ਸਤਿਵਚਨ ਇਹ ਕਾਰਨ ਬਾਪਾ ਗੁਰਧਤਾ ਜੀ ਆਏ ਸਨ ਪਹਿਲਾਂ ਨਗਰ ਵਸਾਇਆ ਸੀ ਫਿਰ ਛੇਵੇਂ ਗੁਰਦੇਵ ਪਿਤਾ ਨੇ ਆ ਕੇ ਨਨ ਉਹ ਨਿਵਾਜਿਆ ਸੀ ਐ ਖੁਜੇ ਪਿਆਰੇ ਸਤਿਗੁਰੂ ਜੀ ਕਦੇ ਨਾ ਆਖਿਆ ਕਰੋ ਪਈ ਸਾਡੇ ਭਾਗਾਂ ਚ ਮਿਲਾਪ ਕਿੱਛੇ ਇੱਕੋ ਜਿਹੀ ਮਿਲਨਾਈ ਮਿਲਣ ਦਾ ਤਰੀਕਾ ਪਿਆਰ ਅੰਦਰ ਤੇ ਉਹਦੇ ਸ਼ਬਦ ਨਾਲ ਜੁੜੇ ਰਹੀ ਏ ਇਹ ਤੇ ਕੰਮ ਔਖਾ ਨਹੀਂ ਨਾ ਮਨ ਨੇ ਕੁਝ ਨਾ ਕੋਈ ਤੇ ਕਰਨਾ ਹੀ ਹੈ ਖਿਆਲ ਪਾਉਣੇ ਹੀ ਪਾਉਣੇ ਨੇ ਖਿਆਲਾਂ ਦੀ ਜਗ੍ਹਾ ਤੇ ਉਹਦਾ ਸ਼ਬਦ ਪਾਈਏ ਤੇ ਰਲ ਕੇ ਆਖੋ ਪਿਆਰ ਨਾਲ ਮਹਾਰਾਜ ਜਿਵੇਂ ਉਸ ਬੱਚੀ ਦੇ ਅੰਦਰ ਪਿਆਰ ਪਾਇਆ ਸਾਡੇ ਦਿਲਾਂ ਚ ਪਾਓ ਦਾਤਾ ਜਿਵੇਂ ਉਹਦੋਂ ਤੂੰ ਹਾਜ਼ਰ ਨਾਜ਼ਰ ਨਜ਼ਰ ਆਉਂਦਾ ਸੈ ਸਾਡੀ ਵੀ ਉਹ ਖਾਲਤ ਬਣੇ ਤਰਲਾ ਬੇਨਤੀ ਕਰੀ ਇਹ ਮਿਲ